ਪਤਾ ਹੋ ਨਾ ਮਿਲਿਆ ਇਹ ਸਾਡੀ ਖੁਸ਼ਕਿਸਮਤੀ ਹੈ ਜੀ ਸਾਨੂੰ ਪਹਿਲੀ ਵਾਰੇ ਮੌਕਾ ਮਿਲਿਆ ਨੇਕ ਇਨਸਾਨ ਜਿਹੜੇ ਆਉਂਦੇ ਨੇ ਉਹ ਐਸੇ ਨੇਕ ਕਾਰਜ ਕਰਦੇ ਆਉਂਦੇ ਨੇ ਭੁੱਲਰ ਸਾਹਿਬ ਜਿਹੜੇ ਸੁਨਹਿਰੀ ਅੱਖਰਾਂ ਦੇ ਵਿੱਚ ਲਿਖੇ ਜਾਂਦੇ ਨੇ ਅੱਜ ਚੋਲਾ ਸਾਹਿਬ ਦੀ ਧਰਤੀ ਦੇ ਵੀ ਇੱਕ ਐਸਾ ਇਤਿਹਾਸ ਸਿਰਜਿਆ ਜਾਣਾ ਜਿਹੜਾ ਸੁਨਹਿਰੀ ਅੱਖਰਾਂ ਦੇ ਵਿੱਚ ਹੋਊਗਾ ਜਦੋਂ ਕੋਈ ਅੱਗੇ ਜਾ ਕੇ ਦਰਨ ਹੋਣਗੇ ਅੱਜ ਦੀ ਤੀਕ ਨੂੰ ਯਾਦ ਕੀਤਾ ਜਾਵੇਗਾ ਕਿ ਰੁਸਤਮ ਪੰਜਾਬ ਦਾ ਲੈਜਰ ਜਿਹੜਾ ਹੋਇਆ ਸੀ ਉਹਦੀ ਸ਼ੁਰੂਆਤ ਨਵਾਜ਼ੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਨਾਲ ਕਰਵਾਇਆ ਗਿਆ ਸੀ ਸੋ ਅੱਜ ਜਿਹੜੀ ਉਹ ਬੂੰਦਾ ਰਾਸ ਮਾਨ ਸਾਹਿਬ ਹੋਣਾ ਨੇ ਉਹਨੂੰ ਫੜ ਲਿਆ ਇਹ ਰੁਸਤਮ ਪੈਰ ਮੰਗ ਕੇ ਇਸ ਧਰਤੀ ਤੇ ਆਏ ਇਸ ਕੁਸ਼ਤੀ ਪ੍ਰੇਮੀਆਂ ਦੀ ਦਿਲਾਂ ਦੀ ਤਮੰਨਾ ਸੀ ਕਿਉਂਕਿ ਆਪਾਂ ਮਾਝੇ ਤੋਂ ਬਾਅਦ ਜੇ ਦੁਆਬੇ ਦੀ ਗੱਲ ਕਰੀਏ ਹਿਮਾਚਲ ਦੀ ਗੱਲ ਕਰੀਏ ਜੰਮੂ ਦੀ ਗੱਲ ਕਰੀਏ ਉੱਥੇ ਇੰਨਾ ਪੈਰ ਮੰਗ ਲਿਆ ਦੀਆਂ ਵੱਡੀਆਂ ਕੁਸ਼ਤੀਆਂ ਦੇਖਣ ਨੂੰ ਮਿਲਦੀਆਂ ਸੀ ਤਾਂ ਪੁੱਛਦੇ ਕਾਲਾ ਤੇ ਜਿੱਤੜਾ ਨੂੰ ਦੇਖਣ ਵਾਲੇ ਦਾ ਸਾਹਮਣਾ ਲੋਕ ਭੇਟ ਹੁੰਦੇ ਜੇ ਸਿਮਾਰ ਦਾ ਸਾਹਮਣਾ ਲੋਕ ਭੇਟ ਹੁੰਦੇ ਅੱਜ ਸਾਹਮਣਾ ਲੋਕ ਭੇਟ ਹੋ ਰਹੇ ਸ੍ਰੀ ਚੋਲਾ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਸਾਡੇ ਇਲਾਕੇ ਦੀਆਂ ਮਹਾਨ ਸ਼ਖਸੀਅਤਾਂ ਇਸ ਕੋਟੀ ਕਰਨ ਦਾ ਦ੍ਰਿਸ਼ ਕਰ ਕਰ ਚੁੱਕੀਆਂ ਨੇ ਬਹੁਤ ਵੱਡਾ ਖੁਸ਼ੀ ਕਰਦੀ ਹੋਈ ਦੇਖੋ ਜਿਹੜਾ ਪ੍ਰਾਗਮਾ ਜਿਹੜਾ ਕਰ ਰਿਹਾ ਅੱਜ ਵੀ ਸਾਡੇ ਮਸਲ ਲਾਲੀ ਬਾਬਾ ਜੀ ਸ਼ਖਸੀਅਤ ਦੋਨਾਂ ਪਹਿਲਵਾਨਾਂ ਦੇ ਕੀ ਕਰ ਗਿਆ ਕਿ ਮਾਝੇ ਦੀ ਧਰਤੀ ਦੇ ਉੱਤੇ ਜਿਹੜੀ ਮਿਹਰਬਾਨੀ ਦਾ ਜਿਹੜਾ ਬੜਾ ਕੋਟ ਵਾਲਾ ਰਿਹਾ ਸੀ ਕਿਉਂਕਿ ਵੱਡੇ ਮਨ ਹੋਏ ਨੇ ਇਸ ਇਲਾਕੇ ਦਾ ਮਿਹਰਬਾਨੀ ਵਿੱਚ ਵੱਡਾ ਨਾਂ ਸੀ ਸੋਨੇ ਨਾਲ ਸੋਚ ਨੇ ਇਹ ਸੋਚਿਆ ਵੀ ਇਹਨਾਂ ਸੋਚਿਆ ਕਿ ਮਾਝੇ ਦੀ ਧਰਤੀ ਦੇ ਚੋਲ ਸਿਆਂ ਦੀ ਧਰਤੀ ਨੂੰ ਆਪਾਂ ਮਨਾਇਆ ਜਾਵੇ ਵਾਹ ਵੀ ਵਾਹ ਹੈ ਕ੍ਰਿਸ਼ਨਾ ਇੱਕ ਵਾਰ ਜੋਰਦਾਰ ਤਾਲੀ ਮਾਰਦੇ ਜੀ ਸਾਡੇ ਐਲਐਸ ਸਾਹਿਬ ਮਨਜਿੰਦਰ ਸਿੰਘ ਜੀ ਯਾਦਗਾਰ ਸਭਾ ਖਲੂਸ ਸਾਹਿਬ ਹਾਕੇ ਤੋਂ ਉਹਨਾਂ ਨੂੰ ਇੱਕ ਐਲਾਨ ਕੀਤਾ ਗਿਆ ਜਿਹੜੇ ਲੜਕੀਆਂ ਤੇ ਜਿਹੜੇ ਲੜਕੇ ਫਸਟ ਸੈਕਿੰਡ ਆਏ ਆ ਜਿਹੜੇ ਹੁਣ ਜਿੱਤੀਆਂ ਜੀ ਤੋਂ ਇਹ ਦੋਨੋਂ ਲੜਕੀਆਂ ਹਾਂ ਜਿਹੜੇ ਲੜਕੀਆਂ ਦੇ ਮੁੰਡੇ ਜਿਹੜੇ ਉਹਨਾਂ ਨੂੰ ਪਲੱਸ ਅਸੀਂ ਵਾਲੇ ਜਿਹੜੇ ਜਿਹੜੇ ਲੜਕੀਆਂ ਜਿੱਤੀਆਂ ਜੀ ਸਮੁੱਚੀ ਟੀਮ ਆਪਣੇ ਇਹ ਕੁਸ਼ਤੀ ਦਾ ਆਨੰਦ ਮਾਣਦੇ ਉਹਨਾਂ ਦਾ ਵੀ ਤਾਜ ਦੇ ਧੰਨਵਾਦ ਕਰਦੇ ਆ ਕਹਿੰਦੇ ਫਿਰ ਤੋਂ ਮੈਦਾਨਾਂ ਭਰਨਾ ਆਉਂਦਾ ਕੰਮ ਦਲੇਰਾਂ ਦਾ ਫਿਰ ਕਬੱਡੀ ਕੁਸ਼ਤੀ ਕਰਨਾ ਭਗਵੰਤ ਮਾਨ ਸਿੰਘ ਜੀ ਹੋਣਾ ਨੇ ਜਿਹੜਾ ਬੂਟਾ ਲਾਇਆ ਸੀ ਇਹਨੂੰ ਫੜ ਲਿਆ ਜੀ ਤੇ ਨਾਲ ਹੀ ਨਾਲ ਦੱਸਦੇ ਵੀ ਹਰ ਸਾਲ ਇਹ ਤਕਨੀਕ ਨਾ ਜਾਵੇ ਯੋਗਦਾ ਤਾਲੀ ਮਾਰਦੇ ਤੇ ਨਾਲ ਸਾਡੇ ਐਮਐਲ ਸਾਹਿਬ ਮਨਜਿੰਦਰ ਸਿੰਘ ਯਾਦਗਾਰ ਸਾਹਿਬ ਨੇ ਕਿਹਾ ਵੀ ਇਹ ਕੁਸ਼ਤੀ ਵਾਸਤੇ ਵੀ 25-25 ਹਜ਼ਾਰ ਦੇਣਾ ਵਾਹ ਜੀ ਵਾਹ ਅੱਜ ਦਾ ਚੰਗੀਆਂ ਆਦਿਆਂ ਸਾਡੇ ਮਾਤਰੀ ਸਾਹਿਬ ਨੇ ਬਹੁਤ ਵਧੀਆ ਕੁਸ਼ਤੀ ਕਰੀ ਹੋਈ ਤੇ ਦੇਖੋ ਕਿਹੜਾ ਮਾਨ ਮਾਨ ਦੇ ਉੱਤੇ ਪ੍ਰਾਪਤ ਕਰਦਾ ਬਾਹਰ ਚੋਟ ਦਸਕਾਂ ਲਈ ਪਿਆਰ ਮਿਲੇ ਬੰਦਾ ਜੋ ਚਾਹੇ ਕਰ ਸਕਦਾ ਹੈ ਮਨਜੀਤ ਲੰਗਰੇ ਸੱਚ ਰੱਬ ਲੋਕਾਂ ਦੇ ਵਿੱਚ ਵਸਦਾ ਹੈ
ਮਨਜੀਤ ਨਾਦਰ ਸੱਚ ਤੇ ਰੱਬ ਲੋਕਾਂ ਦੇ ਵਿੱਚ ਬਸਦਾ ਹੈ ਲਾਈ ਅੱਜ ਮੇਰਾ ਸਮਾਗਮ ਖੁਸ਼ੀ ਦਾ ਸਮਾਗਮ ਹੋਇਆ ਵਾਹ ਵੀ ਵਾਹ ਓਏ ਪੰਜ ਜੋਰ ਦਾ ਤਾਲੀ ਮਾਰ ਦਾ ਖੁਸ਼ੀ ਕਰੇ ਇਸ ਖੁਸ਼ੀ ਦੇ ਵਿੱਚ ਜਿਹੜਾ ਮਹਿਮਾਨ ਜਿੱਤੂ ਹੋਵਾ ਲਾਜੀ ਸਹੀ ਭੁੱਲਰ ਸਾਹਿਬ ਆ 51000 ਰੁਪਏ ਦਾ ਬਦਲਾ ਦੇਵਾ ਕਿਰਪ ਨਮਕਰੀ ਸਾਹਿਬ ਲੋ ਜੀ ਵਾਹ ਵੀ ਇੱਕ ਜੋਰ ਦਾ ਤਾਲੀ ਮਾਰ ਦਿਓ 5 ਲੱਖ ਦੇ ਨਾਲ 51000 ਰੁਪਏ ਇੱਕ ਹੋਰ ਲੱਗ ਗਿਆ ਜੇ ਸਾਡੇ ਭੁੱਲਰ ਸਾਹਿਬ ਜੀ ਹੋਣਾ ਦਿੱਤੇ ਆ ਤੇ 25000 ਰੁਪਏ ਸਾਡੇ ਐਮਐਲਏ ਸਾਹਿਬ ਮਨਜਿੰਦਰ ਸਿੰਘ ਨਾਮ ਨਾਲ ਸਾਹਿਬ ਨੂੰ ਵੀ ਦਿੱਤਾ ਜਾ ਰਿਹਾ ਏ ਇੱਕ ਵਾਰ ਜੋਰ ਦਾ ਤਾਲੀ ਮਾਰ ਕੇ ਜੀ ਬਾਦ ਨੋਟਾਂ ਦਾ ਵੀ ਵਧਿਆ ਇਹ ਦਰਸ਼ਕਾਂ ਨੇ ਵੀ ਜਿਹੜਾ ਮਨੋਕਾਮਨਾ ਪੂਰੀ ਹੋ ਗਿਆ ਇਹ ਕੁਸ਼ਤੀ ਦੇ ਤੇ ਪੱਟੇ ਤਾਲਨੇ ਸੀ ਇਹ ਦੋਨੋਂ ਮਾਲਵੇ ਇੱਕ ਪਾਸੇ ਕਿਰਪਤਾ ਭਗਵਾਨ ਨੂੰ ਜੇ ਕਰ ਕੇ ਅਨੇਕਾਂ ਵਿਅਕਤੀਆਂ ਦਾ ਜੇਤੂ ਆ ਜੀ ਅਨੇਕਾਂ ਬੱਚਿਆਂ ਦੇ ਝੋਸਲਿਆਂ ਦਾ ਜੇਤੂ ਜੇ ਜੱਸੇ ਵੀ ਕਰ ਕੇ ਅਮਰਕਾਰਡ ਹੋ ਗਏ ਨੇ ਬਾਪੂ ਦੇ ਪਾਏ ਹੋਏ ਖੂਨ ਦੇ ਚੱਲ ਹੋਏ ਖੂਨ ਨੇ ਇਸ ਮਾਧੇ ਰੇਣੀ ਦਾ ਨਾਮ ਚਮਕਾਇਆ ਬਹੁਤ ਵਧੀਆ ਕੁਸ਼ਤੀ ਕਰ ਰਹੀ ਹੈ कुश्ती देखो तेरा पहलवान ने जो खराब करते कहता बोल नहीं मैं छोड़ दिया आओ आओ दोस्तों एक बार खोल के ताली मार दो दोनों बनाए कुश्ती तेज हो गई है आओ नवी समाज जुड़ा जाए पांच मिनट का समय यह बाकी है पांच मिनट का समय है बच्चे उसके बाद ऐसा इतिहास सिर्जिया करें जिला भगवान मां से भी हमारे पहली शुरू होया एक करमा वाली धरती है सह श्री गुरु अर्जन देव जी की चरण सोहताप धरती है विशाल स्टेडियम के अंदर आज के दिन की शुरुआत हुई है महाराज ने कृपा की है सब ਉਸਦੇ ਆਧਾਰ ਤੇ ਕੁਸ਼ਤੀ ਕਰਾਈ ਜਾਵੇਗੀ ਕਿਉਂਕਿ ਕੀਮਤੀ ਸਮਾਂ ਜਿਹੜਾ ਪਹਿਲਾ ਦਵਾਈ ਦਾ ਗੁਜ਼ਰਦਾ ਜਾ ਰਿਹਾ
ਲਾਲ ਜੀਤ ਮੰਤਰੀ ਸਾਹਿਬ ਜੀ ਜਿਨ੍ਹਾਂ ਨੇ ਆਪਣੀ
ਜੇਬ ਦੇ ਵਿੱਚੋਂ ਲੱਖਾਂ ਰੁਪਏ ਦਾ ਪੈਸਾ ਉਹਨਾਂ ਨੂੰ ਅਸ਼ੀਰਵਾਦ ਦੇਣਾ ਹੈ ਇਨਾਮ ਦੇਣ ਦੇ ਤੌਰ ਤੇ ਧੰਨਵਾਦ ਦਿੱਤਾ ਜੀ ਤੇਲ ਮੀਰ ਦਾ ਸਮਾਂ ਜੀ ਇਸ ਖੁਸ਼ੀ ਨੂੰ ਦਿੱਤਾ ਗਿਆ ਤੇਲ ਮੀਰ ਦਾ ਸਮਾਂ ਸਾਰੇ ਇੰਟਰਨੈਸ਼ਨਲ ਟੂਰਨਾਮੈਂਟ ਦੇ ਹਿਸਾਬ ਨਾਲ ਜਿਹੜੇ ਸਾਰੇ ਪੁਆਇੰਟ ਕਾਊਂਟ ਹੋਣਗੇ ਇਕੱਲਾ ਭਰਦਾ ਨੂੰ ਛੱਡ ਕੇ ਬਾਕੀ ਸਾਰੇ ਪੁਆਇੰਟ ਜਿਹੜੇ ਕਈ ਭਰਦਾ ਹੀ ਨਹੀਂ ਮਾਰਨਾ ਇਕੱਲਾ ਭਰਦਾ ਛੱਡ ਕੇ ਬਾਕੀ ਸਾਰੇ ਜਿੰਨੇ ਵੀ ਕਾਰਡ ਨੇ ਸਾਰੇ ਇੰਟਰਨੈਸ਼ਨਲ ਟੂਰਨਾਮੈਂਟ ਦੇ ਮੁਤਾਬਿਕ ਪੁਆਇੰਟ ਨਹੀਂ ਦਿੱਤੇ ਜਾਣਗੇ ਉਸ ਹਿਸਾਬ ਨਾਲ ਔਰ ਜਿਹੜਾ ਪਹਿਲਾਂ ਪਿੱਛੇ ਰਹੇਗਾ ਉਹਨੂੰ ਪੈਸਾ ਦਿੱਤਾ ਜਾਵੇਗਾ ਉਹਨਾਂ ਨੂੰ ਜਿਹੜੀ ਬਹੁਤ ਹੀ ਸਤਿਕਾਰਯੋਗ ਕੈਬਨਿਟ ਮੰਤਰੀ ਨਾਲ ਹੀ ਸ੍ਰੀ ਭੁੱਲਰ ਸਾਹਿਬ ਨਾ ਸਰਦਾਰ ਮਨਜਿੰਦਰ ਸਿੰਘ ਜੀ ਲਾਡਲਾ ਸਾਹਿਬ ਨਾ ਸਾਡੇ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਜੀ ਤਮਾਮ ਜਿਹੜੇ ਤਹਿਸੀਲਦਾਰ ਸਾਹਿਬ ਐਸ ਡੀ ਐਸ ਸਾਹਿਬ ਸਾਰੇ ਪਰਿਵਾਰ ਨਾ ਸ੍ਰੀ ਬਹੁਤ ਧੰਨਵਾਦੀ ਜੀ ਸਰਦਾਰ ਅਮਰਿੰਦਰ ਸਿੰਘ ਜੀ ਐਮ ਜੀ ਸਾਹਿਬ ਨਰਨ ਸਿੰਘ ਜੀ ਨਿਸ਼ਾਨ ਸਿੰਘ ਜੀ ਮਾਚਾਲ ਨਿਰਮਾ ਸਿੰਘ ਜੀ ਘੋਟੀਆਂ ਜੂਤ ਪ੍ਰਧਾਨ ਆਮ ਆਦਮੀ ਪਾਰਟੀ ਗੁਰਪ੍ਰੀਤ ਸਿੰਘ ਜੀ ਗੋਪੀ ਰਣਜੀਤ ਸਿੰਘ ਜੀ ਰਾਣਾ ਯੂਥ ਪ੍ਰਧਾਨ ਜੀ ਚੋਲਾ ਸਾਹਿਬ ਪ੍ਰਦੀਪ ਢਿਲੋਈ ਜੀ ਚੋਲਾ ਸਾਹਿਬ ਗੁਰਵੇਰ ਸਿੰਘ ਜੀ ਫੌਜੀ ਸਾਹਿਬ ਚੋਲਾ ਸਾਹਿਬ ਤਮਾਮ ਜਿਹੜੀ ਸਾਰੀ ਆਮ ਆਦਮੀ ਦੇ ਵਰਗ ਪਹੁੰਚੇ ਹੋਏ ਨੇ ਅਹੁਦੇਦਾਰ ਪਹੁੰਚੇ ਹੋਏ ਨੇ ਅਸੀਂ ਸਾਰੇ ਅਤੇ ਅਹੁਦੇ ਧੰਨਵਾਦ ਆਹ ਜਿੰਨੇ ਵੀ ਸਾਡੇ ਪੁਰਾਣੇ ਉਸਤਾਦ ਜੀ ਦੇ ਪਹੁੰਚੇ ਹੋਏ ਨੇ ਪਹਿਲਵਾਨ ਪਹੁੰਚੇ ਹੋਏ ਨੇ ਅਸੀਂ ਇਲਾਕੇ ਦੇ ਵਾਸੀਆਂ ਦਾ ਧੰਨਵਾਦ ਕਰਦੇ ਹਾਂ ਜੀ 3 ਮਿੰਟ ਦੇ ਸਮੇਂ ਦੇ ਵਿੱਚ ਹੁਣ ਇੱਕ ਨਵਾਂ ਇਤਿਹਾਸ ਸਿਰਜਿਆ ਜਾਣਾ ਜੀ ਇੱਕ ਮਿੰਟ ਦਾ ਜਿਹੜਾ ਸਮਾਂ ਗੁਜ਼ਰ ਚੁੱਕਾ ਦੋ ਮਿੰਟ ਦਾ ਸਮਾਂ ਬਾਕੀ ਆ ਇੰਟਰਨੈਸ਼ਨਲ ਟੀਮ ਦੇ ਸਾਥ ਸਾਰੇ ਜਿਹੜੇ ਮਨੂਤ ਕਰਾਏ ਜਾਣਗੇ ਭਾਰਤ ਦਾ ਇਹ ਛੱਡ ਕੇ ਜੇ ਕੋਈ ਲਾਜੀ ਪ੍ਰਿੰਤਪਾਲ ਪਹਿਲਵਾਨ ਗੁਰਦੁਆਰੇ ਵਾਲੀ ਜਿਹੜੀ ਦੁਆਰਿਕ ਦੇ ਦਿੱਤੀ ਗਈ ਆ ਇਹ ਸਿਰਫ ਵਾਰਨਿੰਗ ਮਿਲੀ ਆ ਵੀ ਪਹਿਲਵਾਨ ਦੇ ਪਿੱਛੇ ਨਹੀਂ ਹਟਣਾ ਇਹ ਵਾਰਨਿੰਗ ਤਾਂ ਦਿੱਤੀ ਗਈ ਹੈ ਤਾਂ ਕਿ ਕੁਸ਼ਤੀ ਜਿਹੜੀ ਤੇਜ਼ ਹੋ ਗਈ ਬਹੁਤ ਵਧੀਆ ਕੁਸ਼ਤੀ ਬਣੀ ਕੱਟ ਕੁਸ਼ਤੀ ਚੱਲਦੀ ਹੋਈ ਜਿਹਨਾਂ ਨੂੰ ਮਹਾਨ ਸਿੱਖੀ ਦਾ ਪਹੁੰਚਿਆ ਹੋਏ ਸਾਰਿਆਂ ਦਾ ਅਸੀਂ ਪੈਰ ਨੂੰ ਧੰਨਵਾਦ ਕਰਦੇ ਹਾਂ ਹਾਂਜੀ ਇਹ ਮੇਰਾ ਸਮਾਂ ਲੱਗ ਕੇ ਸਮਾਪਤ ਹੋ ਰਿਹਾ ਹਾਂਜੀ ਦੱਸ ਦਿਓ ਡਾਕਟਰ ਜਨਰਲ ਕਾਲ ਸਿੰਘ ਕ੍ਰਿਸ਼ਨ ਮਹਾਰਾਜ ਜੀ ਨੇ ਲਿਖਿਆ ਵੀ ਕਾਗਜ਼ ਦੇ ਤੁਸੀਂ ਮੇਰੇ ਦਰਸ਼ਨ ਕਰ ਲਓ ਤੈਨੂੰ ਪਹਿਲਵਾਨ ਦੇ ਦਰਸ਼ਨ ਕਰ ਸਕਦੇ ਹਾਂ ਹਾਂਜੀ ਲਾਈ ਪ੍ਰਿੰਤਪਾਲ ਪਹਿਲਵਾਨ ਜਿਹੜਾ 30 ਸੈਕਿੰਡ ਦਾ ਸਮਾਂ ਦਿੱਤਾ ਗਿਆ ਜੀ 30 ਸੈਕਿੰਡ ਦੇ ਵਿੱਚ ਜਿਹੜੇ ਪੁਆਇੰਟ ਤੁਸੀਂ ਜਿਹੜੇ ਪ੍ਰਿੰਤਪਾਲ ਪਹਿਲਵਾਨ ਦੀ ਪੁਆਇੰਟ ਨਹੀਂ ਜਿਹੜਾ ਲੋਕੀ ਪਹਿਲਵਾਨ ਜਿਹੜਾ ਪੁਆਇੰਟ ਦੇ ਦਿੱਤਾ ਜਾਊਗਾ ਜੀ ਇਹ 30 ਸੈਕਿੰਡ ਦੇ ਸਮੇਂ ਦੇ ਅੰਦਰ ਪੁਆਇੰਟ ਲੈਣਾ ਹੋਵੇਗਾ ਜੀ 10 ਸੈਕਿੰਡ ਦਾ ਸਮਾਂ ਜਿਹੜਾ ਗੁਜ਼ਰ ਗਿਆ ਜੀ ਇੱਕ ਮਿੰਟ ਜੀ ਦਾ ਸਾਰ ਇਹ ਕੁਸ਼ਤੀ ਨੂੰ ਕੇਂਦ ਕਰਨ ਵਾਸਤੇ ਜਿਹੜਾ ਵੀ ਪ੍ਰਸ਼ਨ ਪੁੱਛਿਆ ਗਿਆ ਜੀ ਆਹ ਦੇ ਸਮਾਂ ਪੁੱਛਿਆ ਗਿਆ ਜੀ 25 ਸੈਕਿੰਡ 26 27 ਇਹ ਉਸਦੇ ਬਾਅਦ ਜਿਹੜਾ ਸਮਾਂ ਜਿਹੜਾ ਜੀ ਇਹਦਾ ਪੁਆਇੰਟ ਜਿਹੜਾ ਜੀ ਜੱਸੇ ਵਾਲਾ 25 ਦੇ ਖਾਤੇ ਨੂੰ ਵੀ ਜੁੜ ਗਿਆ ਜੀ ਇੱਕ ਵਾਰ ਜੋੜ ਦਾ ਵੀ ਸੈਕਿੰਡ
ਸਾਡੇ ਪੰਜਾਬ ਦਾ ਨਾਂ ਹੈ ਪੂਰੀ ਦੁਨੀਆ ਦੇ ਵਿੱਚ ਰੋਸ਼ਨ ਕਰਦਾ।